ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਆ? ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਮੇਰੇ ਜਿੰਨੇ ਵੀ ਵੀਰ ਭਰਾ ਮੇਰੀਆਂ ਵੀਡੀਓ ਨੂੰ ਪਿਆਰ ਦਿੰਦੇ ਨੇ, ਅੱਗੇ ਵੀ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ। ਅਤੇ ਅੱਜ ਆਪਾਂ ਬਹੁਤ ਹੀ ਸੋਹਣੀ ਵੀਡੀਓ ਲੈ ਕੇ ਆਏ ਮਹਿੰਦਰਾ 575 ਦੀ, ਅਤੇ ਬਹੁਤ ਹੀ ਸੋਹਣਾ ਭਰਾ ਨੇ ਤਿਆਰ ਕੀਤਾ ਹੋਇਆ। ਅਤੇ ਬਾਕੀ ਭਰਾ ਨੂੰ ਤੁਸੀਂ ਉਸ ਜਾਣਦੇ ਹੋਵੋਗੇ, ਇੰਸਟਾਗ੍ਰਾਮ 'ਤੇ ਭਰਾ ਦੀਆਂ ਕਾਫੀ ਰੀਲ ਜਿਹੜੀਆਂ ਵਾਇਰਲ ਹੁੰਦੀਆਂ ਰਹਿੰਦੀਆਂ, ਘੈਂਟ ਘੈਂਟ ਵੀਡੀਓ ਜਿਹੜੀਆਂ ਭਰਾ ਆਪਣੇ ਲਈ ਲੈ ਕੇ ਆਉਂਦਾ ਰਹਿੰਦਾ। ਅਤੇ ਆਪਾਂ ਜਿਹੜੀ ਆਈਡੀਆ ਸਕਰੀਨ ਦੇ ਉੱਪਰ ਵੀ ਐਡ ਕਰ ਦਾਂਗੇ, ਤੁਸੀਂ ਭਰਾ ਨੂੰ ਫੋਲੋ ਕਰ ਸਕਦੇ ਹਾਂ। ਅਤੇ ਬਾਕੀ ਜਿੰਨੀ ਮੋਡੀਫਿਕੇਸ਼ਨ ਹੋਈ ਆ ਉਹਦੀ ਆਪਾਂ ਪੂਰੀ ਡਿਟੇਲ ਤੁਹਾਨੂੰ ਦਿੰਦੇ ਹਾਂ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਚੈਨਲ 'ਤੇ ਕੋਈ ਮੇਰਾ ਨਵਾਂ ਭਰਾ ਆਇਆ ਹੋਵੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੇ। ਅਤੇ ਆਪਾਂ ਭਰਾ ਦੇ ਨਾਲ ਕਰਦੇ ਗੱਲਬਾਤ ਅਤੇ ਪੂਰੀ ਡਿਟੇਲ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਭਾਅ ਜੀ। ਭਾਅ ਜੀ ਇੱਕ ਵਾਰੀ ਆਪਣਾ ਨਾਮ ਦੱਸ ਦਿਓ। ਠੀਕ ਹੈ, ਇੰਸਟਾਗ੍ਰਾਮ ਦਾ ਪੇਜ ਵੀ ਇੱਕ ਵਾਰੀ ਬੋਲ ਦਿਓ। ਠੀਕ ਹੈ, ਅਤੇ ਆਪਣਾ ਭਰਾ? ਠੀਕ ਹੈ, ਆਪਣਾ ਵੀਰੇ? ਠੀਕ ਹੈ ਵੀਰੇ। ਅਤੇ ਬਾਕੀ ਹੁਣ ਆਪਾਂ ਟਰੇਟਰ ਦੀ ਪੂਰੀ ਮੋਡੀਫਿਕੇਸ਼ਨ ਦੀ ਜਿਹੜੀ ਡੇਟ ਹੈ ਉਹ ਸ਼ੇਅਰ ਕਰਦੇ, ਅਤੇ ਨਾਲ ਦੀ ਨਾਲ ਆਪਾਂ ਰੇਟ ਦੱਸੀ ਜਾਂਦੇ। ਅਤੇ ਗੁਰੀ ਭਰਾ, ਸਭ ਤੋਂ ਪਹਿਲਾਂ ਸਾਨੂੰ ਇੱਕ ਵਾਰੀ ਟਰੇਟਰ ਦਾ ਜਿਹੜਾ ਮਾਡਲ ਆ ਉਹ ਦੱਸ ਦਿਓ। ਚੌਦਾਂ ਮਾਡਲ ਹੈ। ਠੀਕ ਹੈ, ਅਤੇ ਆਪਾਂ ਇੰਜਣ ਦੇ ਵਿੱਚ ਜਾਂ ਮਤਲਬ ਆਪਾਂ ਕੋਈ ਪੰਪ ਦੀ ਸੈਟਿੰਗ ਵਗੈਰਾ ਕੀਤੀ ਹੋਵੇ ਜਾਂ ਨੋਰਮਲੀ ਰੱਖਿਆ? ਇੰਜਣ ਸਭ ਸਿੰਪਲ ਨੇ, ਨੋਰਮਲੀ ਚੱਲਦਾ ਪਿਆ, ਹੈ ਨਾ? ਠੀਕ ਹੈ, ਅਤੇ ਕਿੰਨੇ ਹੌਸ ਪਾਵਰ ਆ ਇਹ? ਠੀਕ ਹੈ, ਅਤੇ ਬਾਕੀ ਇੰਜਨ ਦੇ ਵਿੱਚ ਕੋਈ ਵੀ ਛੇੜਖਾਨੀ ਨਹੀਂ ਕੀਤੀ ਹੋਈ, ਨੋਰਮਲ ਜਿੱਦਾਂ ਆ। ਅਤੇ ਬਾਕੀ ਕੰਡੀਸ਼ਨ ਤੁਸੀਂ ਟਰੈਕਟਰ ਦੀ ਚੈੱਕ ਕਰ ਸਕਦੇ, ਬਹੁਤ ਹੀ ਸਾਫ਼ ਅਤੇ ਨੀਟ ਐਂਡ ਕਲੀਨ ਆ। ਬਿਲਕੁਲ, ਕਲਰ ਵੀ ਤੁਸੀਂ ਦੇ ਸਕਦੇ ਐਨ ਵਧੀਆ, ਅਤੇ ਜੋ ਵੀ ਓਰੀਜਨਲ ਹੀ ਆ, ਹੈ ਨਾ ਭਾਈ? ਸਾਰਾ ਠੀਕ ਹੈ, ਠੀਕ ਹੈ। ਮੋਡੀਫਿਕੇਸ਼ਨ ਜਿੰਨੀ ਲੱਗੀ ਹੋਈ ਆ ਉਹ ਅਲੱਗ ਅਲੱਗ ਲੱਗੀ ਹੋਈ ਹੈ ਨਾ, ਅਤੇ ਉਹਦੇ ਬਾਰੇ ਆਪਾਂ ਪੂਰੀ ਡਿਟੇਲ ਦਿੰਦੇ ਹਾਂ। ਅਤੇ ਆਪਾਂ ਬੰਪਰ ਤੋਂ ਸਟਾਰਟ ਕਰ ਲੈਂਦੇ ਹਾਂ, ਸਭ ਤੋਂ ਪਹਿਲਾਂ ਤਾਂ ਰੈੱਡ ਹੌਰਸ, ਅਤੇ ਇਸੇ ਜਿਹੜਾ ਇਹੀ ਨਾਮ ਭਾਅ ਜੀ ਇੰਸਟਾਗ੍ਰਾਮ 'ਤੇ ਵੀ ਸ਼ੁਰੂ ਤੋਂ ਮਤਲਬ ਇਹ ਚੀਜ਼ ਤੋਂ ਵੀ ਮਸ਼ਹੂਰ ਹੋਇਆ ਸੀ ਰੈੱਡ ਹੌਰਸ ਤੋਂ ਹੀ, ਹੈ ਨਾ? ਅਤੇ ਭਾਅ ਜੀ ਇਹਦੀ ਲੈਂਥ ਦੱਸ ਦਿਓ, ਬੰਪਰ ਦੀ ਕਿੰਨੀ ਹੈ? ਇਹਦੀ ਸ਼ੋਅ ਤੋਂ 2 ਇੰਚ ਹੈ। ਠੀਕ ਹੈ, ਅਤੇ ਵਜ਼ਨ ਕਿੰਨਾ ਕਿਹਦਾ? 2 ਕੁਇੰਟਲ ਹੀ ਹੈ। 2 ਕੁਇੰਟਲ ਕੁ ਵਜ਼ਨ ਕਾ? ਠੀਕ ਹੈ, ਅਤੇ ਜਿਹੜੀ ਲੈਂਥ ਆ ਨੋਰਮਲ, ਜਿਹੜੀ ਲੈਂਥ ਵਾਲੇ ਬੰਪਰ ਜਿਹੜੇ ਐਕਸਟੈਂਡ ਬੰਪਰ ਆ ਉਹ ਜੱਜਦੇ ਵੀ ਨਿਊ ਹਾਲੈਂਡ ਵਗੈਰਾ ਨੂੰ ਹੀ ਆ, ਇਹਨਾਂ ਨੂੰ ਜਿਹੜੇ ਨੋਰਮਲ ਇਹੀ ਸਾਈਜ਼ ਜਿਹੜਾ ਬੰਪਰ ਦਾ ਸਹੀ ਲੱਗਦਾ ਆ ਅਤੇ ਵਧੀਆ ਲੱਗਦਾ, ਲੁੱਕ ਵੀ ਸੋਹਣੀ ਲੱਗਦੀ ਆ। ਅਤੇ ਬਾਕੀ ਤੁਸੀਂ ਭਾਅ ਜੀ ਇਹਦਾ ਰੇਟ ਆਪਾਂ ਨੂੰ ਕਿੰਨਾ ਕੁ ਪਿਆ ਆ? ਇਹਦਾ ਆਪਾਂ ਨੂੰ 15,000 ਰੁਪਏ ਹੋ ਗਿਆ। ਠੀਕ ਆ, ਅਤੇ ਰੰਗ ਰੁੰਗ ਸਾਰਾ ਕਰਕੇ, ਹੈ ਨਾ? ਫੱਟੀ ਲਾ ਕੇ ਉੱਤੇ ਵੇਟ ਤੰਗ ਲੈਂਦੇ ਸੀ, ਇਹ ਚੀਜ਼ਾਂ ਪਹਿਲਾਂ ਚੱਲਦੀਆਂ ਹੁੰਦੀਆਂ ਸੀਗੀਆਂ। ਤੇ ਬਾਕੀ ਥੱਲੇ ਰੂਟਸ ਦੇ ਹੋਰਨਾਂ ਦੀ ਪਲੇਸਮੈਂਟ ਦੇ ਸਕਦੇ ਹਾਂ, 3 ਜੋੜੀਆਂ ਲੱਗੀਆਂ ਹੋਈਆਂ। ਇਹ ਭਾਈ 1700-1800 ਦੀ ਜੋੜੀ ਆਪਾਂ ਨੂੰ ਪੈ ਜਾਂਦੀ ਹੈ, ਨਾ? ਠੀਕ ਹੈ, ਫਿਟਿੰਗ ਫੁਟਿੰਗ ਕਰਕੇ ਦਿੱਤੀ ਭਰਾ ਉਹਨਾਂ ਨੇ? ਠੀਕ ਹੈ, ਠੀਕ ਹੈ, 1750 ਦੀ ਜੋੜੀ ਪਈ ਹੈ ਨਾ? ਠੀਕ ਹੈ, ਅਤੇ ਜਿਹੜੀ ਆਪਾਂ ਐੱਚ ਆਈ ਡੀ ਲਾਈਟਾਂ ਭਾਅ ਜੀ ਐਡ ਕੀਤੀਆਂ ਹੋਈਆਂ, ਇਹ ਆਪਾਂ 6 ਇੰਚੀ ਵਾਲੀਆਂ ਯੂਜ਼ ਕੀਤੀਆਂ ਨਾ ਇਹਦੇ ਵਿੱਚ, ਅਤੇ ਕੀ ਆਪਾਂ ਨੂੰ ਰੇਟ ਇਹਨਾਂ ਦਾ ਮਿਲਿਆ? ਆਪਾਂ ਨੂੰ 2200 ਜੋੜਾ ਪੈ ਗਿਆ। 2200 ਕਰਕੇ ਆਪਾਂ ਨੂੰ 2400 ਦੀਆਂ ਪੈ ਗਈਆਂ। ਠੀਕ ਹੈ, ਅਤੇ ਇਹ ਆਪਾਂ ਕਿੱਥੋਂ ਕਰਵਾਈਆਂ ਸੀਗੀਆਂ? ਇਹ ਫਿਟਿੰਗ ਆਪਾਂ ਜੋਧਾਂ ਦੀ ਕਰਾਈ ਸੀ। ਠੀਕ ਹੈ ਭਾਅ ਜੀ, ਲੋਕਲੀ ਆ? ਅਤੇ ਕਿਉਂਕਿ ਪਹਿਲਾਂ ਮੈਂ ਇੱਕ ਮਹਿੰਦਰੇ ਦੀ ਵੀਡੀਓ ਕੀਤੀ ਸੀ, ਉਹਦੇ ਵਿੱਚ ਵੀ ਜਿੱਦਾਂ ਭਰਾ ਨੇ ਰੇਟ ਵਧੀਆ ਦੱਸਿਆ ਸੀ, ਅਤੇ ਕਾਫੀ ਜਿੱਦਾਂ ਕਮੈਂਟ ਆਉਂਦੇ ਰਹੇ, ਅਤੇ ਮੈਸੇਜ ਵੀ ਕਾਫੀ ਇੰਸਟਾਗ੍ਰਾਮ 'ਤੇ ਆਉਂਦੇ ਰਹੇ ਕਿ ਜਿੱਦਾਂ ਨਾਲ ਦੀ ਨਾਲ ਦੱਸਿਆ ਕਰੋ ਕਿੱਥੋਂ ਲਗਵਾਈਆਂ ਅਤੇ ਕੀ ਹਿਸਾਬ ਕਿਤਾਬ ਆ। ਅਤੇ ਬਾਕੀ ਤੁਸੀਂ ਗੁਰੀ ਦੀ ਉੱਪਰ ਬੈਚਿੰਗ ਦੇ ਸਕਦੇ ਭਾਅ ਜੀ, ਲਾਈਟ ਵਾਲੀ ਆ? ਹਾਂਜੀ, ਲਾਈਟ ਵਾਲੀ। ਠੀਕ ਹੈ, ਅਤੇ ਸਿੰਗਲ ਕਲਰ ਹੀ ਆ ਨਾ ਇੱਕ? ਇੰਡੀਕੇਟਰ ਵੀ ਚੱਲਦਾ? ਠੀਕ ਹੈ, ਵਾਈਟ ਵਾਲੀ ਆ। ਅਤੇ ਬਹੁਤ ਹੀ ਸੋਹਣੀ ਲੁੱਕ ਜਿਹੜੀ ਟਰੈਕਟਰ ਦੀ ਫਰੰਟ ਸਾਈਡ ਤੁਸੀਂ ਦੇ ਸਕਦੇ ਹਾਂ, ਘੈਂਟ ਲੱਗਦਾ ਪੂਰਾ। ਅਤੇ ਬਾਕੀ ਆਪਾਂ ਹੁਣ ਨਾਲ ਦੀ ਨਾਲ ਹੋਰ ਸ਼ੇਅਰ ਕਰੀ ਜਾਂਦੇ ਹਾਂ। ਅਤੇ ਇੱਧਰ ਭਾਅ ਜੀ ਆਪਾਂ ਜਿਹੜੇ ਮਿੰਨੀ ਮੋਸਟਰ ਟਾਇਰ ਆਪਾਂ ਇਹਦੇ ਵਿੱਚ ਐਡ ਕੀਤੇ ਆ, ਹੈ ਨਾ? ਅਤੇ ਆਪਾਂ ਬ੍ਰਾਂਡ ਇਹਦੇ ਵਿੱਚ BKD ਯੂਜ਼ ਕੀਤਾ ਆ, ਅਤੇ ਕਾਫੀ ਵਧੀਆ ਭਾਅ ਜੀ ਬ੍ਰਾਂਡ ਆ, ਅਤੇ ਕਾਫੀ ਜਿੱਦਾਂ ਵਾਈਡ ਵੀ ਆ, ਹੈ ਨਾ? ਆਪਾਂ ਦੇ ਸਕਦੇ ਜਿਹੜੇ ਨੋਰਮਲ ਜਿਹੜੇ ਮਿੰਨੀ ਮੋਸਟਰ ਟਾਇਰ ਆ ਉਹ ਥੋੜ੍ਹੇ ਜਿਹੇ ਜਿੱਦਾਂ ਜਿਹੜਾ ਫੁੱਲ ਸਾਈਜ਼ ਆਉਂਦਾ ਮੋਸਟਰ ਟਾਇਰ ਉਹ ਤਾਂ ਬਿਲਕੁਲ ਫਲੈਟ ਹੋ ਹੀ ਜਾਂਦਾ, ਹੈ ਨਾ? ਹਾਂ, ਤੇ ਇਹ ਬਿਲਕੁਲ ਫਲੈਟ ਹੁੰਦਾ BKD ਦੇ ਵਿੱਚ, ਤੇ ਤੁਸੀਂ ਮਿੰਨੀ ਮੋਸਟਰ ਟਾਇਰ ਵੀ ਦੇ ਸਕਦੇ ਐਂ, ਬਿਲਕੁਲ ਫਲੈਟ ਆ, ਕੋਈ ਗਲਾਈ ਦੇ ਵਿੱਚ ਨਹੀਂ। ਤੇ ਇਹਦਾ ਇਹ ਹਿਸਾਬ ਹੋ ਜਾਂਦਾ ਉਹ ਵਿਚਾਲਾ ਵਿਚਾਲਾ ਕਹਾ ਜਾਂਦਾ, ਸਾਈਡਾਂ ਰਹਿ ਜਾਂਦੀਆਂ, ਹੈ ਨਾ? ਤੇ ਇਹਦੇ ਵਿੱਚ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਤੇ ਭਾਅ ਜੀ ਆਪਾਂ ਸਪੇਸਰ ਦੇ ਨਾਲ ਯੂਜ਼ ਕੀਤੇ? ਬਿਨਾਂ ਸਪੇਸਰ ਤੋਂ। ਤੇ ਫਿਟਿੰਗ ਤੁਸੀਂ ਚੈੱਕ ਕਰ ਸਕਦੇ ਇੱਧਰ,
ਤੇ ਭਰਾ ਹੁਣ ਲਾਈਟਾਂ ਵੀ ਕਾਫੀ ਲੱਗੀਆਂ ਹੋਈਆਂ, ਰਾਤ ਦਾ ਸ਼ਾਟ ਹੋ ਸਕਿਆ ਤਾਂ ਆਪਾਂ ਤੁਹਾਨੂੰ ਜ਼ਰੂਰ ਐਡ ਕਰਾਂਗੇ। ਤੇ ਜਿਹੜਾ ਫਲੋਰ ਆ ਥੱਲੇ ਵਾਲੀ ਸਾਈਡ, ਉਹ ਵੀ ਸਾਰੀਆਂ ਲਾਈਟਾਂ ਲੱਗੀਆਂ ਹੋਈਆਂ ਆ। ਤੇ ਵਿੱਚ ਭਾਈ ਆਪਾਂ ਬੈਚਿੰਗ ਕਰਵਾਈ ਹੋਈ ਆ, ਬਹੁਤ ਹੀ ਸੋਹਣਾ ਲੱਗਦਾ ਟਰੇਟਰ ਚੱਲਦੇ ਟਾਈਮ ਜਿਹੜੀ ਆ, ਬਹੁਤ ਹੀ ਵਧੀਆ ਲੁੱਕ ਇਹਦੀ ਆਉਂਦੀ ਆ, ਹਨਾ। ਤੇ ਇਹਨਾਂ ਦਾ ਆਪਾਂ ਨੂੰ ਕੀ ਰੇਟ ਪਿਆ ਅੱਜ ਦਾ ਫਿਟਿੰਗ ਫੁਟਿੰਗ ਕਰਕੇ? ਹਾਂਜੀ, ਇਹਨਾਂ ਨੂੰ ਆਪਾਂ 4000 ਦੇ ਲਿਆਂਦੇ ਸੀਗੇ। ਅੱਛਾ ਜੀ, ਉੱਥੋਂ ਸਮਰਾਲੇ ਵਾਲਿਆਂ ਤੋਂ। ਠੀਕ ਆ, ਆਪਾਂ ਪਹਿਲਾਂ ਸਪੇਸਰ ਕਸਣਾ ਆ ਜਾਂ ਕਿੱਦਾਂ ਆ, ਹਨਾ। ਤੇ ਆਪਾਂ ਜੇ ਲਾਉਣੇ ਵੀ ਆ ਤਾਂ ਆਪਾਂ ਲਾਉਣੇ ਵੀ ਸੌਖੇ ਹੀ ਆ, ਹਨਾ, ਏਡਾ ਕੋਈ ਔਖਾ ਕੰਮ ਨਹੀਂ। ਠੀਕ ਆ, ਠੀਕ ਆ ਬਾਈ, ਠੀਕ ਆ। ਤੇ ਬਾਕੀ ਥੱਲੇ ਜਿਹੜੀ ਬਾਹਰ ਲੱਗੀ ਤੁਸੀਂ ਦੇ ਸਕਦੇ ਆ, ਇਹ ਭਾਜੀ 22 ਇੰਚ ਵਾਲੀ ਯੂਜ਼ ਕੀਤੀ ਆਪਾਂ। ਠੀਕ ਆ, ਤੇ ਵਧੀਆ ਕੁਆਲਿਟੀ ਦੇ ਵਿੱਚ ਆਪਾਂ ਯੂਜ਼ ਕੀਤੀ ਹੋਈ ਆ, ਪਾਣੀ ਪੂਣੀ ਨਹੀਂ ਇਹਦੇ ਵਿੱਚ ਪੈਂਦਾ, ਇਹ ਵੀ ਬੰਪਰ ਦੇ ਨਾਲ 2015 ਦੀ ਲੱਗੀ ਹੋਈ, ਉਦੋਂ ਦੀ ਲੱਗੀ ਹੋਈ ਆ। ਠੀਕ ਆ ਭਾਜੀ, ਤੇ ਬਾਕੀ ਇੰਜਨ ਦੇ ਬਾਰੇ ਆਪਾਂ ਤੁਹਾਨੂੰ ਪੂਰੀ ਡਿਟੇਲ ਦੇ ਚੁੱਕੇ ਹਾਂ, ਕੋਈ ਇਹਦੇ ਵਿੱਚ ਚੇਂਜ ਨਹੀਂ ਕੀਤਾ। ਪੰਪ ਵਗੈਰਾ ਦੀ ਸੈਟਿੰਗ ਜਿਹੜੀ ਆ ਬਿਲਕੁਲ ਨੋਰਮਲ ਆ, ਤੇ ਆਹ ਚੀਜ਼ ਮਹਿੰਦਰੇ ਦੀ ਬੈਚਿੰਗ ਜਿਹੜੀ ਸਮੋਕੀ ਦੇ ਵਿੱਚ ਕੀਤੀ ਹੋਈ, ਬਹੁਤ ਹੀ ਸੋਹਣੀ ਲੁੱਕ ਲੱਗਦੀ ਇਹਦੇ ਨਾਲ। ਤੇ ਜਿਹੜਾ ਐਗਜ਼ੌਸਟ ਆ ਭਾਜੀ, ਉਹ ਆਪਾਂ ਨਿਊ ਹੋਲੈਂਡ ਦਾ ਯੂਜ਼ ਕੀਤਾ, ਜਿਹੜਾ ਕੰਪਨੀ ਫਿਟਡ ਆਉਂਦਾ ਉਹਨੂੰ, ਹਨਾ। ਤੇ ਇਹਦਾ ਆਪਾਂ ਨੂੰ ਕੀ ਖਰਚਾ ਪਿਆ ਸੀ? ਫਰਕ ਪੈ ਗਿਆ ਦੇ ਨਾਲ, ਰੌਲਾ ਨੀ ਪਾਉਂਦਾ। ਹਾਂਜੀ ਹਾਂਜੀ, ਤੇ ਬਾਕੀ ਆਪਾਂ ਸਾਊਂਡ ਵੀ ਜਿਹੜਾ ਤੁਹਾਨੂੰ ਸ਼ਾਟ ਜ਼ਰੂਰ ਐਡ ਕਰਾਂਗੇ, ਤੇ ਤੁਸੀਂ ਸਾਊਂਡ ਵੀ ਚੈੱਕ ਕਰਕੇ ਦੱਸੋ ਕਿ ਤੁਹਾਨੂੰ ਕਿਹੋ ਜਿਹਾ ਲੱਗਿਆ। ਤੇ ਭਾਜੀ ਆਪਾਂ ਬੈਟਰੀ ਜਾਂ ਅਲਟੀਨੇਟਰ ਕੋਈ ਚੇਂਜ ਕੀਤਾ ਆਪਾਂ ਇਹਦੇ ਵਿੱਚ? ਕੁਛ ਨਹੀਂ ਚੇਂਜ ਕੀਤਾ, ਨੋਰਮਲ ਚੱਲਦਾ ਪਿਆ, ਹਨਾ। ਠੀਕ ਆ, ਤੇ ਅੱਗੇ ਆਪਾਂ ਸਿਸਟਮ ਤੁਸੀਂ ਦੱਸ ਦੇ ਕਿ ਚੇਂਜ ਕਰਨਾ ਆ, ਤੇ ਉਦੋਂ ਆਪਾਂ ਚੇਂਜ ਕਰਾਂਗੇ ਬੈਟਰੀ ਜਾਂ ਅਲਟੀਨੇਟਰ। ਹਾਂਜੀ ਹਾਂਜੀ, ਤੇ ਆਪਾਂ ਨਵਾਂ ਅਪਡੇਟ ਤੁਹਾਡੇ ਲਈ ਲੈ ਕੇ ਆਵਾਂਗੇ, ਤੁਸੀਂ ਉਹਨੂੰ ਵੀ ਜ਼ਰੂਰ ਪਿਆਰ ਦਿਓ। ਤੇ ਬਾਕੀ ਹੁਣ ਆਪਾਂ ਬੈਕ ਸਾਈਡ ਆ ਜਾਂਦੇ ਹਾਂ, ਤਾਂ ਤੁਸੀਂ ਮੈਟਿੰਗ ਦੇ ਸਕਦੇ ਹਾਂ ਕੀਤੀ ਹੋਈ, ਇਹਦੇ ਨਾਲ ਜਿਹੜਾ ਕਲਰ ਵਗੈਰਾ ਖਰਾਬ ਨਹੀਂ ਹੁੰਦਾ। ਮੈਂ ਹਰੇਕ ਵੀਡੀਓ ਵਿੱਚ ਹੀ ਦੱਸ ਦਿੰਦਾ ਉਹਨਾਂ ਕਿ ਵਧੀਆ ਚੀਜ਼ ਵੀ ਲੱਗਦੀ ਆ, ਤੇ ਨਾਲ ਦੀ ਨਾਲ ਜਿਹੜਾ ਫਲੋਰ ਆ ਉਹ ਖਰਾਬ ਨਹੀਂ ਹੁੰਦਾ। ਤੇ ਬਾਕੀ ਬਹੁਤ ਹੀ ਵਧੀਆ ਲੁੱਕ, ਜਿਹੜੀ ਐਨ ਸਫਾਈ ਦੇ ਨਾਲ ਟਰੈਕਟਰ ਜਿਹੜਾ ਰੱਖਿਆ ਹੋਇਆ, ਤੁਸੀਂ ਦੇ ਸਕਦੇ ਕਿਤੇ ਵੀ ਐਨ ਕਲਰ ਵਗੈਰਾ ਕਿਤੇ ਵੀ ਖਰਾਬ ਨਹੀਂ ਗਾ। ਤੇ ਸਟੀਅਰਿੰਗ ਜਿਹੜਾ ਭਾਜੀ ਆਪਾਂ ਐਡ ਕੀਤਾ ਹੋਇਆ ਇਹਦੇ ਵਿੱਚ, ਇਹ ਆਪਾਂ ਨਾ ਤਾਂ ਬਾਹਲਾ ਹੈਵੀ ਯੂਜ਼ ਕੀਤਾ, ਤੇ ਨਾ ਬਹੁਤ ਐਨ ਸਿੰਪਲ ਜੀ ਚੀਜ਼ ਆਪਾਂ ਰੱਖੀ ਹੋਈ ਆ। ਠੀਕ ਆ, ਤੇ ਕੀ ਆਪਾਂ ਨੂੰ ਇਹਦਾ ਖਰਚਾ ਕਿੰਨਾ ਕੁ ਪੈ ਗਿਆ? ਸੰਗਲੀ ਦੀ ਕਈ ਵਾਰ ਏਦਾਂ ਹੁੰਦਾ ਕਿ ਹੱਥ ਹੁੱਥ ਵੱਜਦਾ, ਤੇ ਉਹ ਚੰਗੀ ਚੀਜ਼ ਨੀ ਲੱਗਦੀ, ਤੇ ਵਧੀਆ ਬਣਾਇਆ ਹੋਇਆ ਵੈਸੇ। ਤੇ ਹੁਣ ਭਾਜੀ ਆਪਾਂ ਜਿਹੜਾ ਸਿਸਟਮ ਤੇ ਰੂਫ ਦੀ ਗੱਲਬਾਤ ਕਰ ਲੈਂਦੇ ਆ, ਤੇ ਆਪਾਂ ਜਿਹੜਾ ਐਂਗਲ ਆ ਇਹ ਕਾਫੀ ਆਪਾਂ ਲੈਂਥ ਚ ਲਾਇਆ ਹੋਇਆ, ਹਨਾ। ਅੱਛਾ ਜੀ, ਜਿਹੜੀ ਮਤਲਬ ਆਪਾਂ ਨੂੰ ਨੋਰਮਲ ਜਿਹੜੀ ਐਂਗਲ ਐਕਸਟੈਂਡ ਕਰਕੇ, ਹਨਾ, ਤੇ ਫਾਈਬਰ ਹੁੱਡ ਆ ਜਿਹੜੀ ਉਹ ਆਪਾਂ ਨੂੰ 15 ਚ ਪਹਿਲਾਂ ਪਈ ਸੀ, ਹਨਾ। ਠੀਕ ਹੈ ਭਾਜੀ, ਤੇ ਰੂਫ ਦਾ ਕੀ ਖਰਚਾ ਆਪਾਂ ਨੂੰ ਪਿਆ? ਆਪਾਂ ਨੂੰ 16,000 ਪਿਆ। ਠੀਕ ਹੈ ਭਾਜੀ, ਠੀਕ ਹੈ। ਤੇ ਬਹੁਤ ਹੀ ਸੋਹਣਾ ਰੂਫ ਜਿਹੜਾ ਤਿਆਰ ਹੋਇਆ ਹੋਇਆ ਆ। ਤੇ ਫਰੰਟ ਸਾਈਡ ਤੇ ਜਿਹੜੀ ਭਾਜੀ ਡਿਸਪਲੇ ਐਡ ਕੀਤੀ ਆਪਾਂ, ਇਹ ਮਲਟੀ ਕਲਰ ਵਾਲੀ ਆ? ਸਿੰਪਲ ਆ, ਹਨਾ, ਮਲਟੀ ਵਾਲੀ ਕੀਤੀ ਹੋਈ ਆ, ਆਪਾਂ ਨੂੰ ਮਿਲ ਜਾਣੀ ਆ, ਮਿਲ ਜਾਣੀ ਆ। ਠੀਕ ਆ, ਤੇ ਇਹ ਜਿਹਦਾ ਆਪਾਂ ਨੂੰ ਇਹਦਾ ਕਿੰਨਾ ਖਰਚਾ ਪਿਆ ਸੀ ਜਿਹੜੀ ਡਿਸਪਲੇ ਫਰੰਟ ਸਾਈਡ ਤੇ? 4,000 ਦੀ ਪਈ ਸੀ। ਠੀਕ ਹੈ ਭਾਜੀ, ਤੇ ਜਿਹੜੀ ਹੁਣ ਆਪਾਂ ਲੈਣੀ ਉਹ 5,055 ਦਾ ਜੀ। ਠੀਕ ਹੈ, ਉਹਦੀ ਲੈਂਥ ਜਿਹੜੀ ਜ਼ਿਆਦੀ ਇਹਦੇ ਨਾਲੋਂ? ਨਹੀਂ, ਲੈਂਥ ਇੰਨੀ ਵੀ ਆ, ਮਲਟੀ ਕਲਰ ਆ, ਮਲਟੀ ਕਲਰ ਦਾ ਫਰਕ ਆ, ਹਨਾ।
ਠੀਕ ਹੈ ਬਾਈ, ਠੀਕ ਹੈ। ਅਤੇ ਬਾਕੀ ਜਿਹੜੇ ਆਪਾਂ ਇੱਕ ਹੋਰ ਚੀਜ਼ ਤੁਹਾਨੂੰ ਵਧੀਆ ਦਿਖਾ ਦਿੰਦੇ ਹਾਂ, ਅਤੇ ਪੁਰਾਣੇ ਪਲੇਟਾਂ ਜਿਹੜੀਆਂ ਐਡ ਕਰਵਾਈਆਂ ਹੋਈਆਂ ਬਹੁਤ ਹੀ ਸੋਹਣੀ ਲੱਗਦੀ। ਵੈਸੇ ਜਿਹੜਾ ਅੰਦਰਲੀ ਚੀਜ਼ ਆ ਉਹ ਖਰਾਬ ਹੋ ਜਾਂਦੀ ਥੋੜ੍ਹੇ ਟਾਈਮ ਬਾਅਦ ਪਾਣੀ ਪੂਣੀ ਦੇ ਨਾਲ, ਹੈ ਨਾ। ਅਤੇ ਇਹਦੇ ਨਾਲ ਜਿਹੜੀ ਆ ਲੁੱਕ ਸੋਹਣੀ ਲੱਗਦੀ ਆ, ਘੈਂਟ ਲੱਗਦਾ ਪੂਰਾ। ਇਹ ਵੀਡੀਓ ਕਰਦੇ ਆਪਾਂ ਇੱਥੇ ਖਤਮ। ਉਮੀਦ ਕਰਦੇ ਕਿ ਤੁਹਾਨੂੰ ਵੀਡੀਓ ਘੈਂਟ ਲੱਗੀ ਹੋਊਗੀ। ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਚੈਨਲ 'ਤੇ ਕੋਈ ਮੇਰਾ ਨਵਾਂ ਭਰਾ ਆਇਆ ਹੋਵੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੇ। ਅਤੇ NCS ਦਾ ਮਿਊਜ਼ਿਕ ਆਪਾਂ ਤੁਹਾਨੂੰ ਸੁਣਾਉਂਦੇ ਹਾਂ ਪੰਜਾਬੀ ਵਰਜ਼ਨ ਲਈ। ਮੇਰੇ ਇੰਸਟਾਗ੍ਰਾਮ ਅਕਾਊਂਟ 'ਤੇ ਜਾ ਕੇ ਵੀਡੀਓ ਦੇਖ ਸਕਦੇ ਹਾਂ। ਥੈਂਕ ਯੂ।